ਸਰਕਾਰੀ ਮਾਡਲ ਹਾਈ ਸਕੂਲ ਸੈਕਟਰ 2 ਤਲਵਾੜਾ ਵਿਖੇ ਅੱਜ LKG ਤੇ UKG ਦੇ ਵਿਦਿਆਰਥੀਆਂ ਦੀ ਗ੍ਰੈਜੂਏਸ਼ਨ ਸੈਰੇਮਨੀ ਅਤੇ ਨਾਨ ਬੋਰਡ ਜਮਾਤਾਂ ਦੇ ਸਾਲਾਨਾ ਨਤੀਜੇ ਦੀ ਘੋਸ਼ਣਾ ਦੇ ਮੌਕੇ ਤੇ ਹੋਈ ਮਾਪੇ ਅਧਿਆਪਕ ਮਿਲਣੀ ਵਿੱਚ ਮਾਪਿਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਇਸ ਮੌਕੇ ਤੇ ਮਾਪਿਆਂ ਦੇ ਰੂਬਰੂ ਹੋ ਕੇ ਮੁੱਖ ਅਧਿਆਪਕ ਸ਼੍ਰੀ ਰਾਮ ਭਜਨ ਚੌਧਰੀ ਜੀ ਨੇ 100% ਨਤੀਜੇ ਦੀ ਘੋਸ਼ਣਾ ਕਰਦੇ ਹੋਏ ਵਧਾਈ ਦਿੱਤੀ ਅਤੇ ਅੱਗੋਂ ਅਧਿਆਪਕਾਂ ਦੇ ਸਹਿਯੋਗ ਨਾਲ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਵਿੱਚ ਹੋਰ ਸੁਧਾਰ ਕਰਨ ਲਈ ਪ੍ਰੇਰਿਤ ਕੀਤਾ। ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼੍ਰੀ ਸੋਨੂੰ ਥਾਪਰ ਜੀ ਸਮੂਹ ਕਮੇਟੀ ਮੈਂਬਰਾਂ ਨਾਲ ਉਚੇਚੇ ਤੌਰ ਤੇ ਸਮਾਗਮ ਦਾ ਹਿੱਸਾ ਬਣੇ। ਮਾਪੇ ਅਧਿਆਪਕ ਮਿਲਣੀ ਦੌਰਾਨ ਵਿਦਿਆਰਥੀਆਂ ਦੇ ਸਾਲਾਨਾ ਨਤੀਜੇ ਸਾਂਝੇ ਕਰਨ ਦੇ ਨਾਲ ਨਾਲ ਮਾਪਿਆਂ ਦੇ ਸੁਝਾਅ ਵੀ ਲਏ ਗਏ। ਪ੍ਰਾਇਮਰੀ ਅਤੇ ਸੈਕੰਡਰੀ ਜਮਾਤਾਂ ਲਈ ਵੱਖ ਵੱਖ ਐਡਮਿਸ਼ਨ ਡੈਸਕ ਵੀ ਲਗਾਏ ਗਏ। ਅੰਤ ਵਿੱਚ ਪਹਿਲੀਆਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਮੁੱਖ ਅਧਿਆਪਕ ਜੀ, ਸਟਾਫ ਅਤੇ ਸਕੂਲ ਪ੍ਰਬੰਧਕ ਕਮੇਟੀ ਦੁਆਰਾ ਸਨਮਾਨਿਤ ਕੀਤਾ ਗਿਆ। ਕਲੈਪਿੰਗ ਵੀ ਕਰਦੇ ਰਹੋ। ਨਮਸਕਾਰ, ਸੌ 74 ਨੰਬਰ ਥਰਡ ਪੁਜੀਸ਼ਨ ਸ਼ਿਵਮ ਮਕੋਲ, ਸ਼ਿਵਮ ਮਕੋਲ 272 ਨੰਬਰ। ਸਾਰੀ ਪੁਜੀਸ਼ਨ ਸ਼ੁਭਰਾਜ 390 ਨੰਬਰ 400 ਵਿੱਚੋਂ। ਸੈਕੰਡ ਪੁਜੀਸ਼ਨ ਮੀਨਾਕਸ਼ੀ 399। ਥਰਡ ਪੁਜੀਸ਼ਨ ਸੁਨੈ ਸ਼ੁਭਰਾਜ, ਫਸਟ ਪੁਜੀਸ਼ਨ ਧੰਨਵਾਦ।
ਸਾਥੀ ਜਿਹੜੇ ਮੇਰੇ ਨਾਲ ਦੇ ਹੈਗੇ ਆ ਕੁਲੀਗਸ ਮੇਰੇ, ਮੇਰੀਆਂ ਛੋਟੀਆਂ ਭੈਣਾਂ, ਮੇਰੇ ਛੋਟੇ ਵੀਰ, ਸਭ ਦਾ ਬਹੁਤ ਬਹੁਤ ਸ਼ੁਕਰੀਆ ਇੰਨਾ ਮਾਣ ਬਖਸ਼ਣ ਲਈਏ। ਸਰ ਜੀ ਦਾ ਫੇਰ ਇੱਕ ਵਾਰ ਬਹੁਤ ਬਹੁਤ ਸ਼ੁਕਰੀਆ, ਮੈਨੂੰ ਇੰਨਾ ਮਾਣ ਬਖਸ਼ਿਆ ਸਰ ਨੇ, ਇੰਨੀ ਮੇਰੀ ਪ੍ਰੇਸ ਕੀਤੀ, ਇੰਨੀ ਪ੍ਰੇਸ ਦੇ ਕਾਰਨ ਨਹੀਂ ਸੀ ਮੈਂ, ਫਿਰ ਵੀ ਸਰ ਨੇ ਮੇਰੀ ਬਹੁਤ ਜ਼ਿਆਦਾ ਹੱਦ ਤੋਂ ਜ਼ਿਆਦਾ ਤਾਰੀਫ ਕਰ ਦਿੱਤੀ, ਸ਼ੁਕਰੀਆ ਉਹਦੇ ਵਾਸਤੇ, ਬਹੁਤ ਬਹੁਤ ਧੰਨਵਾਦ ਸਰ। ਥੋੜੀ ਥੋੜੀ